ਗੱਲ ਤੋਂ ਜਿਹੜੇ ਇਸ ਵੇਲੇ ਬੜੇ ਅਸੀਂ ਪੂਰੀ ਟਰੈਕਿੰਗ ਇੰਡਸਟਰੀ ਪਰੇਸ਼ਾਨ ਹੈ ਜੀ ਉਹ ਇਹ ਹੈ ਕਿ ਅੱਜ ਤੋਂ ਕੋਈ 4 ਕੁ ਮਹੀਨੇ ਪਹਿਲਾਂ ਹਾਂਜੀ ਡਿਪਾਰਟਮੈਂਟ ਆਫ ਮੋਟਰ ਫੈਡਰਲ ਮੋਟਰ ਕੈਰੀਅਰ ਡਿਪਾਰਟਮੈਂਟ ਨੇ ਜਿਹੜਾ ਕਿ ਸਾਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਹੈਗਾ ਜੀ ਉਹਦੀ ਫੈਡਰਲ ਜਿਹੜਾ FMCSA ਅਸੀਂ ਡਿਪਾਰਟਮੈਂਟ ਆ ਉਹਨੇ ਇੱਕ ਚੇਂਜਸ ਕੀਤੀਆਂ ਆਪਣੀ ਵੈਬਸਾਈਟ ਦੇ ਉੱਤੇ ਜਿਹਦੇ ਵਿੱਚ ਉਹਨਾਂ ਨੇ ਕੁਛ DOT ਪਿੰਨ ਨੂੰ ਲੈ ਕੇ ਐਡਰੈਸ ਚੇਂਜ ਕਰਨ ਨੂੰ ਨੇਮ ਚੇਂਜ ਕਰਨ ਨੂੰ ਲੈ ਕੇ ਕਾਫੀ ਸਾਰੀਆਂ ਚੇਂਜਸ ਕੀਤੀਆਂ ਓਕੇ ਜੀ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਤੁਸੀਂ ਆਪਣੀ ਜਿਹੜੀ ਪਿੰਨ ਹੈ ਉਹ ਆਨਲਾਈਨ ਜਾ ਕੇ ਚੇਂਜ ਕਰ ਸਕਦੇ ਹੋ ਜਿਹੜਾ ਫੋਨ ਨੰਬਰ ਹੈ ਜਾਂ ਈਮੇਲ ਤੁਹਾਡਾ ਰਜਿਸਟਰਡ ਹੈਗਾ ਆ ਤੁਸੀਂ ਉਸ ਈਮੇਲ ਦੇ ਉੱਤੇ ਤੁਹਾਡਾ OTP ਜਿਵੇਂ ਪਾਸਵਰਡ ਵਨ ਟਾਈਮ ਪਾਸਵਰਡ ਆਉਂਦਾ ਹੈ ਉਹ ਪਾਸਵਰਡ ਦੇ ਕੇ ਮੰਗਵਾ ਕੇ ਤੇ ਆਪਣੀ ਪਿੰਨ ਨੂੰ ਚੇਂਜ ਕਰ ਸਕਦੇ ਸੀ ਜੀ ਹੁਣ 4 ਕੁ ਮਹੀਨੇ ਪਹਿਲਾਂ ਉਹਨਾਂ ਨੇ ਇਹ ਸਿਸਟਮ ਆਪਣਾ ਬੰਦ ਕਰ ਦਿੱਤਾ ਸੀ 5 ਮਹੀਨੇ ਪਹਿਲਾਂ ਆਨਲਾਈਨ ਵਾਲਾ ਉਹਨਾਂ ਨੇ ਬੜੀਆਂ ਬੜੀਆਂ ਚੇਂਜਸ ਕੀਤੀਆਂ ਜਦ ਕਿ ਬੜੀਆਂ ਹੀ ਕਹਿ ਲਓ ਕਿ ਮਾਰੂ ਸਾਬਤ ਹੋਈਆਂ ਟਰੈਕਿੰਗ ਇੰਡਸਟਰੀ ਵਾਸਤੇ ਓਕੇ ਹੁਣ ਇੱਕ ਤਾਂ ਇਹ ਸਭ ਤੋਂ ਵੱਡਾ ਨੁਕਸ ਹੈ ਕਿ ਕੋਈ ਵੀ ਬੰਦਾ ਕਿਸੇ ਦੇ ਵੀ ਨਾਂ ਦੇ ਉੱਤੇ ਸਿੰਪਲ ਇੱਕ ਫਾਰਮ ਭਰ ਕੇ ਉਹਦਾ ਫੋਨ ਨੰਬਰ ਚੇਂਜ ਕਰਵਾ ਦੇਵੇ ਉਹਦੀ ਈਮੇਲ ਚੇਂਜ ਕਰਵਾ ਦੇਵੇ ਅੱਛਾ ਜਾਂ ਜੀ ਉਹਦਾ ਐਡਰੈਸ ਚੇਂਜ ਕਰਵਾ ਦੇਵੇ ਓਕੇ ਕੋਈ ਕਿਸੇ ਕਿਸਮ ਦਾ ਕੋਈ ਚੈੱਕ ਹੀ ਨਹੀਂ ਰਹਿ ਗਿਆ ਜਿਹੜਾ ਮਰਜ਼ੀ ਤੁਹਾਡੀ ਜਿਹਦਾ ਕੰਪਨੀ ਮਰਜ਼ੀ ਜੀ ਤੁਹਾਡੀ ਕੰਪਨੀ ਦੇ 500 ਟਰੱਕ ਚੱਲਦੇ ਆ ਮੈਂ ਚੱਕ ਕੇ ਉਹਦੇ ਉੱਤੇ ਆਪਣਾ ਨਾਮ ਐਜ਼ ਏ ਓਨਰ ਪਾ ਦਿਆਂ ਆਪਣੀ ਈਮੇਲ ਪਾ ਦਿਆਂ ਇਤੋਂ ਤੱਕ ਕਿ ਤੁਸੀਂ ਹੈਰਾਨ ਹੋਵੋਗੇ ਮੈਂ ਜਿਹਦੀ ਮਰਜ਼ੀ ਕੰਪਨੀ ਬੰਦ ਕਰਵਾ ਦਿਆਂ ਉਹ ਤੁਹਾਡੀ ਭਲੀ ਹੋ ਜੇ ਅੱਛਾ ਜੀ ਜੀ MCS 150 ਆਟੋ ਸਰਵਿਸ ਤੁਸੀਂ ਕਰਵਾ ਕੇ ਸਾਈਨ ਕਰਕੇ ਭੇਜ ਦਿਓ ਕਿਉਂਕਿ ਬਾਅਦ ਵਿੱਚ ਕੀ ਹੋਣਾ ਆ ਉਹ ਕੰਪਨੀ ਤੁਹਾਨੂੰ ਕਿਵੇਂ ਲਾਸੂਟ 'ਚ ਲੈ ਕੇ ਆਉਂਦੀ ਹੈ ਉਹ ਤੁਹਾਨੂੰ ਕੰਪਨੀ ਕਿਹੜੀ ਪਨਿਸ਼ਮੈਂਟ ਦਵਾਉਂਦੀ ਹੈ ਉਹਦੇ ਕੀ ਨੁਕਸਾਨ ਹੈ ਉਹ ਸਾਰੀਆਂ ਗੱਲਾਂ ਬਾਅਦ ਦੀਆਂ ਉਹ ਬਾਅਦ ਦੀਆਂ ਸਹੀ ਪਰ ਇੱਕ ਵਾਰੀ ਕੰਪਨੀ ਜਿਹੜੀ 200-300-400 ਟਰੱਕ ਵਾਲੀ ਹੈ ਅਗਰ ਉਹਦੀ DOT ਬੰਦ ਹੋ ਜਾਂਦੀ ਹੈ ਤਾਂ ਉਹਦੇ ਲਈ ਇੱਕ ਨਿਰੀ ਮੌਤ ਹੈ ਔਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਸਾਰੇ ਟਰੱਕਾਂ ਦੇ ਉੱਤੇ VLT ਸਟਾਪ ਲੱਗ ਜਾਂਦਾ VLT ਜਿਹੜੇ ਬੰਦੇ ਬਾਹਰ ਨੂੰ ਟਰੱਕ ਚਲਾਉਂਦੇ ਆ IRP ਪਲੇਟਾਂ ਉਹਨਾਂ ਨੂੰ ਪਤਾ ਕਿ ਹਰ ਟਰੱਕ ਦੀ ਲਾਇਸੈਂਸ ਪਲੇਟ ਜਿਹੜੀ ਹੈ ਉਹ ਇੱਕ DOT ਦੇ ਨਾਲ ਕਨੈਕਟਡ ਹੁੰਦੀ ਹੈ ਹਾਂਜੀ ਔਰ ਅਗਰ DOT ਜਿਹੜੀ ਜਿਹਦੇ ਨਾਲ ਉਹ ਲਾਇਸੈਂਸ ਪਲੇਟ ਕਨੈਕਟਡ ਹੈ ਅਗਰ ਉਹ DOT ਨੰਬਰ ਇੱਕ ਰਾਤ ਵਾਸਤੇ ਵੀ ਅਗਰ ਇਨਐਕਟਿਵ ਹੁੰਦਾ ਹੈ ਤਾਂ ਉਸ ਟਰੱਕ ਦੇ ਉੱਤੇ VLT ਸਟਾਪ ਲੱਗਦਾ ਜਿਹਨੂੰ ਕਿ ਅਸੀਂ ਕਹਿੰਦੇ ਆ ਵਹੀਕਲ ਲਾਇਸੈਂਸਿੰਗ ਐਂਡ ਟਾਈਟਲਿੰਗ ਸਟਾਪ ਠੀਕ ਹੈ ਭਾਵ ਕਿ ਇਹ ਬਿਨ ਨੰਬਰ ਦੇ ਉੱਤੇ ਇਹ VLT ਸਟਾਪ ਨੂੰ ਜਦ ਤੱਕ ਉਹਨੂੰ ਕਲੀਅਰ ਨਹੀਂ ਕਰਾਉਂਦੇ ਨਾ ਤੁਸੀਂ ਇੱਕ ਟਰੱਕ ਵੇਚ ਸਕਦੇ ਹੋ ਨਾ ਟਰੱਕ ਤੇ ਪਲੇਟਾਂ ਲੈ ਸਕਦੇ ਹੋ ਨਾ ਇਹਨੂੰ ਟਰੱਕ ਨੂੰ ਬਾਹਰ ਕਢਵਾ ਸਕਦੇ ਹੋ ਇੱਥੋਂ ਤੱਕ ਕਿ ਅਗਰ ਉਹ ਟਰੱਕ ਤੁਹਾਡੇ ਅਕਾਊਂਟ ਵਿੱਚ ਹੈ IRP ਅਕਾਊਂਟ ਦੇ ਅੰਦਰ ਤਾਂ ਤੁਸੀਂ ਰਿਨਿਊਵਲ ਵੀ ਨਹੀਂ ਕਰਵਾ ਸਕਦੇ ਕਿਉਂਕਿ ਉਹ ਟਰੱਕ ਨਾ ਡਿਲੀਟ ਹੋ ਸਕਦਾ ਨਾ ਐਡ ਹੋ ਸਕਦਾ ਉਹ ਟਰੱਕ ਬਿਲਕੁਲ ਲੌਕ ਹੋ ਜਾਂਦਾ ਸੋ VLT ਸਟਾਪ ਲੱਗਣ ਦਾ ਨੁਕਸਾਨ ਇਹ ਹੈ ਕਿ $150 ਪਰ ਟਰੱਕ ਜੇ ਤੁਹਾਡੇ ਕੋਲ 200 ਟਰੱਕ ਹੈ ਤਾਂ $30,000 ਦਾ ਚੈੱਕ ਤੁਹਾਨੂੰ DMV ਨੂੰ ਭੇਜਣਾ ਪਏਗਾ ਕਿਉਂਕਿ DMV ਨੇ ਇਹ ਗੱਲ ਕਦੇ ਨਹੀਂ ਮੰਨਣੀ ਕਿ ਇਹ ਕਿਸੇ ਨੇ ਕਰਵਾਇਆ DMV ਨੂੰ ਨਾ ਹੀ ਇਸ ਗੱਲ ਬਾਰੇ ਕੋਈ ਸਿੰਪਤੀ ਹੈ ਕਿ ਇੱਕ ਬੰਦਾ ਕੋਈ ਕਿਸੇ ਨਾਲ ਧੋਖਾ ਕਰ ਗਿਆ ਸੋ ਇਹ ਇੱਕ ਬਹੁਤ ਔਖਾ ਟਾਈਮ ਆ ਟਰੱਕਰਸ ਵਾਸਤੇ ਸਹੀ ਗੱਲ ਹੈ ਸਾਡੇ ਕੋਲ ਕਰੀਬ ਕਰੀਬ ਰੋਜ਼ 4 ਤੋਂ 5 ਕਾਲਸ ਐਸੀਆਂ ਆਉਂਦੀਆਂ ਜਿਹਦੇ ਵਿੱਚ ਬੰਦੇ ਦਾ ਈਮੇਲ ਚੇਂਜ ਕਰਤਾ ਜਾਂਦਾ ਬੰਦੇ ਦਾ ਫੋਨ ਨੰਬਰ ਚੇਂਜ ਕਰਤਾ ਜਾਂਦਾ ਜਾਂ ਬੰਦੇ ਦਾ ਐਡਰੈਸ ਚੇਂਜ ਕਰਤਾ ਜਾਂਦਾ ਔਰ ਉਹਨੂੰ ਪਤਾ ਹੀ ਨਹੀਂ ਹੁੰਦਾ
ਔਰ ਰਜਿੰਦਰ ਸਿੰਘ ਜੀ ਇੱਥੇ ਸੋਰੀ ਮੈਂ ਤੁਹਾਨੂੰ ਵਿੱਚੇ ਕੱਟ ਰਿਹਾ, ਫਿਰ ਵੱਡਾ ਸਵਾਲ ਤੇ ਇੱਥੇ ਆ ਜਾਂਦਾ ਵੀ ਕੋਈ ਬਚਾਅ ਵੀ ਹੋ ਸਕਦਾ, ਬਚ ਵੀ ਸਕਦੇ ਇਸ ਚੀਜ਼ ਤੋਂ ਕਿ ਕੁਛ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ? ਦੇਖੋ ਇਹਦਾ ਇੱਕੋ ਹੀ ਢੰਗ ਆ ਕਿ ਇਹਦੀ ਸ਼ਿਕਾਇਤ ਕੀਤੀ ਜਾਵੇ ਵੱਧ ਤੋਂ ਵੱਧ ਫੈਡਰਲ ਮੋਟਰ ਕੈਰੀਅਰ ਨੂੰ। ਓਕੇ, ਉਹਦਾ ਇੱਕ ਚੈਟ ਸਿਸਟਮ ਹੈਗਾ ਆ, ਤੁਸੀਂ ਚੈਟ ਜਾ ਕੇ ਕਰਕੇ ਉਹਨਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ। ਜਦ ਤੱਕ ਉਹ 1000-2000 ਸ਼ਿਕਾਇਤਾਂ ਜਿਹੜੀਆਂ ਆ ਉਹ ਨਹੀਂ ਤੁਹਾਡੀਆਂ ਹੁੰਦੀਆਂ, ਇਹਦੇ ਵਿੱਚ ਤੁਹਾਡੀਆਂ ਦਰਜ ਨਹੀਂ ਹੁੰਦੀਆਂ, ਤੇ ਤਦ ਤੱਕ ਇਹ ਜਿਹੜਾ ਆ ਇਹਦਾ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਜਿਹੜੇ ਸਰਕਾਰੀ ਮਸਲੇ ਹੁੰਦੇ ਆ ਉਹਨਾਂ ਦੇ ਵਿੱਚ ਇੰਨੀ ਜਲਦੀ ਪਾਲਿਸੀਜ਼ ਨਹੀਂ ਬਣਦੀਆਂ। ਜਿਹੜੀਆਂ ਵੈਬਸਾਈਟ ਨੂੰ ਚੇਂਜ ਕਰਨ ਦੀਆਂ ਪਾਲਿਸੀਜ਼ ਆ ਉਹ ਬਹੁਤ ਹਾਰਡ ਹੁੰਦੀਆਂ, ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਿ ਅੱਜ ਕਿਸੇ ਨੇ ਸ਼ਿਕਾਇਤ ਕਰਤੀ ਤੇ ਕੱਲ ਨੂੰ ਠੀਕ ਹੋ ਜਾਣੀ ਹੈ। ਉਹ ਧੜਾ ਧੜ ਕੋਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਕਾਇਤਾਂ ਜਾਣ, ਤੇ ਫਿਰ ਉਸ ਤੋਂ ਬਾਅਦ ਉਹ ਬਕਾਇਦਾ ਉਹਨਾਂ ਦੀਆਂ ਫੈਡਰਲ ਦੀਆਂ ਬੋਰਡ ਆਫ ਡਾਇਰੈਕਟਰਸ ਜੋ ਹੈ ਜਾਂ ਉਹਨਾਂ ਦਾ ਜੋ ਵੀ ਸਿਸਟਮ ਹੈ ਉਹਦੇ ਵਿੱਚ ਉਹ ਦੁਆਰਾ ਉਹਨੂੰ ਮਤਾ ਲੈ ਕੇ ਆਉਣਗੇ, ਉਹ ਸਾਰੇ ਬਿੱਲ ਪਾਸ ਹੋਣਗੇ, ਦੁਬਾਰਾ ਵੈਬਸਾਈਟ ਹੋਏਗੀ। ਪਰ ਇਹਦਾ ਇੱਕੋ ਇੱਕ ਇਲਾਜ ਆ ਜਿਹੜਾ ਇਸ ਵੇਲੇ ਆਰਜੀ ਤੌਰ ਤੇ ਕਿ ਉਹਦੀ ਸ਼ਿਕਾਇਤ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ। ਇਹ ਇਹਨਾਂ ਨੇ ਕਿਹਦੇ ਕਹਿਣ ਦੇ ਉੱਤੇ ਚੇਂਜ ਕਰਤਾ ਸੀ ਰਜਿੰਦਰ ਭਾਜੀ? ਇਹ ਤਾਂ ਮਤਲਬ ਜਿੱਦਾਂ ਤੁਸੀਂ ਕਿਹਾ ਵੀ ਇਹ ਤਾਂ ਬੜਾ ਹੀ ਮਾਰੂ ਇਹਨਾਂ ਨੇ ਚੇਂਜ ਲਿਆਂਦੀਆਂ। ਬਿਲਕੁਲ, ਇਹ ਬੜਾ ਇੱਕ ਖਤਰਨਾਕ ਚੀਜ਼ ਹੈ। ਇਹਦਾ ਕੋਈ ਕਿਸੇ ਨੇ ਕੋਈ ਗੱਲ ਨਹੀਂ ਕਹੀ ਕਿਉਂ ਉਹਨਾਂ ਨੇ ਕੀਤਾ, ਫੈਡਰਲ ਮੋਟਰ ਕੈਰੀਅਰ ਜਾਣਦਾ ਆ ਇਹਦੇ ਪਿੱਛੇ ਰੀਜ਼ਨ ਕੀ ਹੈ ਇਹ ਵੀ ਉਹ ਜਾਣਦੇ ਆ। ਪਰ ਹਾਂ, ਜਿਹੜਾ ਪਹਿਲਾਂ ਵਾਲਾ ਮੈਥਡ ਸੀ ਉਹ ਇਹਦੇ ਮੁਕਾਬਲੇ ਬਹੁਤ ਜ਼ਿਆਦਾ, ਕਿਉਂਕਿ ਉਹ ਚ ਇੱਕ ਖਾਸੀਅਤ ਸੀ ਕਿ ਤੁਹਾਡੀ ਅਗਰ ਬੰਦਾ ਕੋਈ ਪਿੰਨ ਨੰਬਰ ਅੱਜ ਅਪਲਾਈ ਕਰ ਦਿੰਦਾ, ਤੁਹਾਡੀ ਫੇਕ ਪਿੰਨ ਅਪਲਾਈ ਕਰ ਦਿੰਦਾ, ਤੇ ਤੁਸੀਂ ਰਾਈਟ ਵੇ ਜਾ ਕੇ ਉਹਨੂੰ ਚੇਂਜ ਕਰਵਾ ਕੇ ਆਪਣੀ ਨਵੀਂ ਪਿੰਨ ਅਪਲਾਈ ਕਰ ਸਕਦੇ ਹੋ। ਉਦੋਂ ਸੀਗਾ ਸਾਧਨ, ਉਦੋਂ ਸੀ, ਪਰ ਹੁਣ ਕੀ ਪ੍ਰੋਬਲਮ ਹੈ ਕਿ ਅੱਜ ਤੁਹਾਡੀ ਅਗਰ ਬੰਦਾ ਪਿੰਨ ਚੇਂਜ ਕਰਵਾ ਦਿੰਦਾ, ਉਹ ਪਿੰਨ ਤੁਹਾਡੇ ਉਹ ਐਡਰੈਸ ਚੇਂਜ ਕਰਵਾ ਦਿੰਦਾ, ਉਹ ਹੁਣ ਉਹ ਪਿੰਨ ਜਦੋਂ ਵੀ ਜਾਣੀ ਆ ਉਸ ਐਡਰੈਸ ਦੇ ਉੱਤੇ ਜਾਣੀ। ਅੱਜ ਤੁਹਾਡੀ ਬੰਦਾ ਐਡਰੈਸ ਚੇਂਜ ਕਰਾ ਦੇਵੇ ਨਾਲ ਪਿੰਨ ਚੇਂਜ ਕਰਾ ਦੇਵੇ ਤੇ ਉਹ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਕਮਾਲ ਕਮਾਲ ਦੀ ਗੱਲ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਨੂਅਲੀ ਇਸ ਚੀਜ਼ ਨੂੰ ਚੇਂਜ ਕਰਾਉਣ ਵਰਗੇ ਵਾਪਸ ਉਹਨੂੰ ਠੀਕ ਕਰਵਾਉਣ ਵਾਸਤੇ ਅੱਜ ਦੀ TTD ਫੈਡਰਲ ਮੋਟਰ ਕੈਰੀਅਰ ਉਹ 15 ਤੋਂ ਲੈ ਕੇ 25 ਦਿਨ ਲੈ ਰਹੀ ਹੈ। ਅੱਛਾ, ਭਾਵ ਕਿ ਤੁਸੀਂ ਆਪਣੀ ਗਲਤ ਹੋਈ ਚੀਜ਼ ਨੂੰ ਠੀਕ ਕਰਵਾਉਣਾ ਤੇ 15 ਤੋਂ ਲੈ ਕੇ 25 ਦਿਨ ਤੁਹਾਡੇ ਲੱਗ ਸਕਦੇ ਆ। ਇਨ ਦਾ ਮੀਨ ਟਾਈਮ ਤੁਹਾਡਾ ਕੋਈ ਲੋਡ ਤੁਹਾਡੇ ਨਾਂ ਤੇ ਚੱਕ ਕੇ ਚੋਰੀ ਕਰਵਾ ਲਵੇ, ਚੈੱਕ ਤੁਹਾਡੇ ਆਪਣੇ ਨਾਂ ਤੇ ਮੰਗਵਾ ਲਵੇ, ਤੁਸੀਂ ਕੁਛ ਨਹੀਂ ਕਰ ਸਕਦੇ। ਤੁਸੀਂ ਓਦਾਂ ਦੇ ਨਾਂ ਦੀ ਕੰਪਨੀ ਖੋਲ ਕੇ ਬੈਂਕ ਅਕਾਊਂਟ ਖੁਲਾਓ, ਮਤਲਬ ਕੁਛ ਮੈਂ ਹੁਣ ਇੱਕ ਹੋ ਸਕਦਾ ਇਹਨੂੰ ਕੋਈ ਬੰਦੇ ਮੇਰੀ ਗੱਲ ਕਹੀ ਇਹਨੂੰ ਮਿਸਯੂਜ਼ ਕਰ ਲੈਣ ਹੋਰ ਪਾਸੇ ਨੂੰ। ਆਹ ਸਹੀ ਗੱਲ ਆ, ਉਹ ਕਹਿੰਦੇ ਇਹਦਾ ਟਿਪ ਦੱਸੀ ਜਾਂਦੇ ਆ। ਹਾਂ, ਮਤਲਬ ਟਿਪ ਦੱਸੀ ਜਾਂਦਾ ਇਹ ਕਿ ਮੇਰੀ ਉਲਟ ਨਾ ਗੱਲ ਕਿਤੇ ਫੇਲ ਹੋ ਜਾਏ। ਪਰ ਹਾਂ, ਦੇਖੋ ਇੱਕ ਗੱਲ ਪੱਕੀ ਹੈ ਕਿ ਜਦੋਂ ਚੀਜ਼ਾਂ ਟਰੈਕ ਹੁੰਦੀਆਂ ਗਵਰਨਮੈਂਟ ਤੁਹਾਨੂੰ ਸਜ਼ਾਵਾਂ ਵੱਡੀਆਂ ਦਿੰਦੀ ਹੈ, ਕੋਈ ਸ਼ੱਕ ਨਹੀਂ। ਪਰ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਕਿਸੇ ਨੂੰ ਸਜ਼ਾ ਮਿਲਣੀ ਹੈ ਉਦੋਂ ਤੱਕ ਉਹਨੇ ਕਿੰਨਿਆਂ ਦੇ ਨੁਕਸਾਨ ਕਰ ਜਾਣੀ ਇੱਕ ਬਹੁਤ ਵੱਡਾ ਸਵਾਲ ਹੈ। ਇਹ ਜੋ ਇਸ ਟਾਈਮ ਆਪਾਂ ਜੋ ਸਕੈਮ ਤੇ ਯੇ ਵੋ ਸਾਰਾ ਕੁਝ ਚੱਲ ਰਿਹਾ, ਕਿਤੇ ਨਾ ਕਿਤੇ ਤੁਸੀਂ ਇਹ ਵਾਲੀ ਚੀਜ਼ ਨੂੰ ਵੀ ਕਾਰਨ ਮੰਨਦੇ ਆ? ਨਹੀਂ ਨਹੀਂ ਨਹੀਂ, ਮੈਂ ਤੈਨੂੰ ਗੱਲ ਵਿੱਚ ਕਹੀ ਇਹ ਗੱਲ ਕਿ 90% ਇਹ ਸਕੈਮ ਹੁੰਦਾ ਹੀ ਲੋਡ ਚੋਰੀ ਹੋਣ ਵਾਸਤੇ ਆ। ਲੋਡ ਜੇਕਰ ਤੁਹਾਡੇ ਅੱਜ ਤੁਹਾਡਾ ਫੋਨ ਨੰਬਰ ਜਾਂ ਤੁਹਾਡੀ ਈਮੇਲ ਚੋਰੀ ਹੋ ਰਹੀ ਹੈ ਨਾ ਜਾਂ ਚੇਂਜ ਹੋ ਗਈ ਹੈ, ਤਾਂ ਤੁਸੀਂ ਇਹ ਧਿਆਨ ਰੱਖੋ ਕਿ ਤੁਹਾਡੇ MC ਦੇ ਉੱਤੇ ਆਉਣ ਵਾਲੇ ਵੀਕ ਦੋ ਵੀਕ ਚ ਲੋਡ ਚੱਕ ਕੇ ਚੋਰੀ ਹੋ ਜਾਣਾ।
ਕਿਉਂਕਿ ਕਿਸੇ ਨੂੰ ਸ਼ੌਕ ਥੋੜੀ ਆ ਉਦਾਂ ਹੀ ਤੁਹਾਡੀਆਂ ਚੱਕ ਕੇ ਤੁਹਾਡਾ ਈਮੇਲ ਚੇਂਜ ਕਰਵਾ ਦੇ। ਉਹਨੇ ਜੇਕਰ ਯੂਜ ਹੀ ਨਹੀਂ ਕਰਨਾ ਜਾਂ ਉਹਨੂੰ ਮਿਸਯੂਜ਼ ਹੀ ਨਹੀਂ ਕਰਨਾ ਉਹ ਕਰਵਾਏਗਾ ਕਿਉਂ? ਸੋ ਇਸ ਕਰਕੇ ਮੈਂ ਹਰ ਇੱਕ ਬੰਦੇ ਨੂੰ ਗੱਲ ਕਹਿੰਦਾ ਕਿ ਭਾਈ ਹਰ ਰੋਜ਼ ਸਵੇਰੇ ਉੱਠ ਕੇ ਮੈਂ ਫੇਸਬੁੱਕ ਤੇ ਪੋਸਟ ਵੀ ਪਾਈ, ਮੈਂ ਵੀਡੀਓ ਵੀ ਕੀਤੀ, ਮੈਂ ਤੁਹਾਡੇ ਮਾਧਿਅਮ ਥਰੂ ਪਿਛਲੀ ਵਾਰੀ ਵੀ ਪ੍ਰਵੀਨ ਸਿੰਘ ਸ਼ਰਮਾ ਜੀ ਦੇ ਸ਼ੋਅ ਵਿੱਚ ਵੀ ਮੈਂ ਵਾਰ ਵਾਰ ਗੱਲ ਕਹੀ ਸੀ, ਔਰ ਮੇਰੀ ਕੋਸ਼ਿਸ਼ ਹੈ ਕਿ ਆਪਾਂ ਇਹਦੇ ਉੱਤੇ ਹਰ ਵਾਰੀ ਦੋ ਤਿੰਨ ਮਿੰਟ ਚਾਰ ਮਿੰਟ ਗੱਲ ਕਰੀਏ ਤਾਂ ਕਿ ਜਿੰਨੇ ਵੀ ਲੋਕ ਸੁਣਦੇ ਆ ਸਾਡੀ ਗੱਲ। ਔਰ ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ ਸ਼ੋਅ ਚ ਅਸੀਂ ਗੱਲ ਕਹੀ ਸੀ, ਮੈਨੂੰ ਕਾਲ ਇਸ ਗੱਲ ਕਰਕੇ ਆਈ ਕਿ ਮੈਨੂੰ, ਕਿਉਂਕਿ ਮੈਂ ਗੱਲ ਕਹੀ ਸੀ ਕਿ ਹਰ ਰੋਜ਼ ਸਵੇਰੇ ਬ੍ਰਸ਼ ਬਾਅਦ ਵਿੱਚ ਕਰੋ, ਆਈਡੀ ਚੈੱਕ ਕਰੋ, ਸਭ ਤੋਂ ਪਹਿਲਾਂ ਆਪਣਾ ਐਡਰੈਸ ਚੈੱਕ ਕਰੋ ਜਾਂ ਆਪਣੀ ਈਮੇਲ ਚੈੱਕ ਕਰੋ ਕਿ ਕੋਈ ਚੇਂਜ ਤਾਂ ਨਹੀਂ ਹੋਇਆ। ਔਰ ਬਕਾਇਦਾ ਇੱਕ ਲੜਕੇ ਨੇ ਮੈਨੂੰ ਇਹ ਗੱਲ ਕਹੀ ਕਿ ਜੀ ਮੈਂ ਤੁਹਾਡਾ ਰੇਡੀਓ ਸ਼ੋਅ ਦੇ ਉੱਤੇ ਲਵ ਯੂ ਸੁਣਿਆ ਸੀ, ਮੈਂ ਡੇਲੀ ਚੈੱਕ ਕਰਦਾ ਔਰ ਮੇਰਾ ਚੇਂਜ ਹੋ ਗਿਆ। ਦੇਖ ਲਓ ਉਹਨੂੰ ਪਤਾ ਲੱਗਾ ਤਾਂ। ਹਾਂਜੀ, ਨਹੀਂ ਤੁਸੀਂ ਹੈਰਾਨ ਹੋਵੋਗੇ, ਮੇਰੇ ਕੋਲ ਰੋਜ਼ ਦੀਆਂ 5 ਤੋਂ 7-10 ਕੰਪਲੇਂਟਸ ਆ ਰਹੀਆਂ ਡੇਲੀ ਇੰਨੀਆਂ। ਅੱਜ ਸਵੇਰ ਦੀਆਂ ਮੇਰੇ ਕੋਲ 3 ਕੰਪਲੇਂਟ ਆਲਰੇਡੀ ਆ ਚੁੱਕੀਆਂ ਇਸ ਮੁੱਦੇ ਦੇ ਉੱਤੇ ਵੀ ਮੇਰਾ ਚੇਂਜ ਕਰਤਾ, ਇਹ ਮੇਰਾ ਈਮੇਲ ਚੇਂਜ ਕਰਤਾ ਜੀ। ਫਿਰ ਬ੍ਰੋਕਰ ਲੋਡ ਦੇਣਾ ਬੰਦ ਕਰਨ ਦੇ। ਅੱਛਾ ਇੱਕ ਹੋਰ ਗੱਲ ਹੈ ਇੱਥੇ ਕਿ ਅਗਰ ਤੁਹਾਡੀ ਈਮੇਲ 2 ਤੋਂ ਵੱਧ ਵਾਰੀ ਚੇਂਜ ਹੋ ਜਾਏ ਬ੍ਰੋਕਰ ਨੂੰ ਪਤਾ ਲੱਗ ਜਾਂਦਾ, ਉਹ ਇਹ ਸਮਝ ਜਾਂਦੇ ਆ ਕਿ ਇਹ ਬੰਦਾ ਇਸ ਵੇਲੇ ਕਿਸੇ ਦੀ ਰਡਾਰ ਦੇ ਅੰਡਰ ਹੈ, ਕੋਈ ਸਕੈਮਰ ਦੀ ਰਡਾਰ ਦੇ ਅੰਡਰ ਹੈ, ਇਹ ਬੰਦਾ ਕੋਸ਼ਿਸ਼ ਕਰ ਰਿਹਾ ਠੀਕ ਕਰਨ ਨੂੰ, ਪਰ ਇਹ ਆਲਰੇਡੀ ਕਿਸੇ ਸਕੈਮਰ ਦੇ ਅੱਡੇ ਚੜ ਚੁੱਕਾ ਤੇ ਸਕੈਮਰ ਕੋਈ ਵੀ ਇਹਨਾਂ ਹੁਣ ਧੋਖਾ ਕਰ ਸਕਦਾ, ਉਹ ਲੋਡ ਦੇਣਾ ਬੰਦ ਕਰਦੇ ਕਿਉਂਕਿ ਸਕਿਉਰਿਟੀ ਫੀਲ ਨਹੀਂ ਕਰਦੇ। ਉਹ 15-20 ਦਿਨ ਤਾਂ ਵੈਸੇ ਲੱਗ ਜਾਣੇ ਠੀਕ ਕਰਾਉਣ ਨੂੰ, ਤੇ ਉਸ ਤੋਂ ਬਾਅਦ ਉਹ ਅਗਲਾ ਫੇਰ ਕਰ ਸਕਦਾ ਜਦੋਂ ਮਰਜ਼ੀ। ਬਿਲਕੁਲ, ਇਹ ਤਾਂ ਚੰਗਾ ਵਿਚਾਰੇ ਨੂੰ ਗੇੜਾਂ ਦੇ ਵਿੱਚ ਜਿਹੜਾ ਉਹ ਪਾਉਣਾ ਆ। ਇੰਡਸਟਰੀ ਦੇ ਹਾਲਾਤ, ਇੰਡਸਟਰੀ ਦੇ ਹਾਲਾਤ, ਇੰਡਸਟਰੀ ਸਲੋ ਹੈ, ਇੰਡਸਟਰੀ ਬੜੀ ਸਲੋ ਆ, ਲੋਕ ਵੈਸੇ ਬੜੇ ਪਰੇਸ਼ਾਨ ਆ, ਪੈਸਾ ਨਹੀਂ ਬਣ ਰਿਹਾ, ਕੋਈ ਖਰਚੇ ਬਹੁਤ ਜ਼ਿਆਦਾ ਵੱਧ ਗਏ ਆ, ਉੱਤੋਂ ਕਾਨੂੰਨ ਜਿਹੜਾ ਉਹ ਡੇ ਬਾਈ ਡੇ ਸਖਤ ਹੋ ਰਿਹਾ, ਚਾਹੇ ਉਹ ਕਲੀਨ ਟਰੱਕ ਨਾਲ ਸੰਬੰਧਿਤ ਆ, ਚਾਹੇ ਉਹ ਸਮੋਗ ਦੇ ਨਾਲ ਸੰਬੰਧਿਤ ਹੈ, ਉੱਤੋਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਜਿਹਨਾਂ ਦੇ ਬੰਦੇ ਦਾ ਕਸੂਰ ਕੋਈ ਨਹੀਂ ਆ, ਉਹਨੂੰ ਪਰੇਸ਼ਾਨ ਕਰ ਰਹੀਆਂ, ਇਹ ਮੈਂਟਲੀ ਬੜੇ ਵੱਡਾ ਸਟ੍ਰੈਸ ਦਾ ਕਾਰਨ ਬਣ। ਬਿਲਕੁਲ, ਚੌਂਚ ਫੇਰਿਓ ਜਿਹੜੀ ਉਹ ਮਾਰਦਾ ਜਿਹੜਾ ਉਹ ਸਬਬ ਜਿਹੜਾ ਚੀਜ਼ਾਂ। ਜੀ ਜੀ, ਹੁਣ ਆਪਾਂ ਮੁੱਦੇ ਤੇ ਆਈਏ। ਜੀ ਬਿਲਕੁਲ,